ਨਹੀਂ ਬੱਚੇ ਸਾਡੀ ਭਾਰਤੀ ਟੀਮ ਬਹੁਤ ਵਧੀਆ ਖੇਡੀ ਹੈਗੀ। ਪਹਿਲਾ ਕੁਆਟਰ ਸਾਡਾ ਬਹੁਤ ਵਧੀਆ ਸੀਗਾ, ਪਹਿਲੇ ਕੁਆਟਰ 'ਚ ਅਸੀਂ ਗੋਲ ਵੀ ਕੀਤਾ, ਚਲੋ ਦੂਜਾ ਕੁਆਟਰ ਵੀ ਚਲੋ ਉਹਨਾਂ ਨੇ ਕੀਤਾ, ਫਿਰ ਬੜਾ ਲੰਬਾ ਸਮਾਂ ਬਰਾਬਰੀ 'ਤੇ ਖੇਡੇ ਹੈਗੇ, ਫਿਰ ਚਲੋ ਉਹਨਾਂ ਨੇ ਗੋਲ ਕਰਤਾ, ਫਿਰ ਇੱਕ ਗੋਲ ਸਾਡੀ ਟੀਮ ਨੇ ਕੀਤਾ, ਦੋ ਦੋ ਦੀ ਬਰਾਬਰੀ 'ਤੇ ਸਾਡਾ ਬੜਾ ਲੰਬਾ ਸਮਾਂ ਮੈਚ ਚੱਲਿਆ। ਬੱਚਿਆਂ ਨੇ ਪੂਰਾ ਕੰਧਾਂ ਨੂੰ ਗੜੀ ਗੜੇ ਹੈਗੇ, ਮੁਕਾਬਲਾ ਪੂਰਾ ਕੀਤਾ। ਚਲੋ ਅਖੀਰ 'ਤੇ ਉਹਨਾਂ ਨੂੰ ਸਟੋਕ ਇੱਕ ਮਿਲ ਗਈ ਹੈਗੀ, ਸਟੋਕ ਦੇ ਨਾਲ ਗੋਲ ਹੋ ਗਿਆ, ਕੋਈ ਬਹੁਤੀ ਵੱਡੀ ਵੱਡੀ ਗੱਲ ਨਹੀਂ ਗੀ। ਅਤੇ ਅਸੀਂ ਬੱਚਿਆਂ ਨੂੰ ਹੌਸਲਾ ਦਿੰਦੇ ਵੀ ਤੁਸੀਂ ਦਿਲ ਨਹੀਂ ਛੱਡਣਾ, ਹਾਂ ਇੱਕ ਮੈਚ ਸਾਡੇ ਕੋਲ ਹੈਗਾ ਵਾ, ਕੰਫੀਡੈਂਸ ਲੂਜ ਨਹੀਂ ਕਰਨਾ, ਜਿੱਤ ਹਾਰ ਬਣੀ ਹੈ, ਜਿੱਤ ਹਾਰ ਕੇ ਬੰਦਾ ਜਿੱਤਦਾ ਵਾਗਾ। ਹਾਂ 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 ਪਿਛਲੇ ਸਾਲ ਵੀ ਇਸੇ ਤਰ੍ਹਾਂ, ਚਲੋ ਅਸੀਂ ਜਰਮਨੀ ਨੂੰ ਹਰਾਇਆ ਸੀਗਾ, ਚਲੋ ਐਰਕੀ ਉਹਨਾਂ ਤੋਂ ਹੋ ਗਿਆ, ਚਲੋ ਹੁਣ ਬਰੋਂਜ ਮੈਡਲ ਸਾਡੇ ਕੋਲ ਹੈਗਾ ਜੀ। ਅਤੇ ਮੁੰਡਿਆਂ ਨੂੰ ਮੈਂ ਤਾਂ ਇਹੀ ਕਹਿੰਦਾ ਵੀ ਪਰਮਾਤਮਾ ਕੜੀਆਂ ਦੁਆ ਕਰਦੇ ਵੀ ਚਲੋ ਮੁੰਡਿਆਂ ਦੀ ਝੋਲੀ 'ਚ ਗੋਲ ਬਰੋਂਜ ਮੈਡਲ ਹੀ ਪਾ ਕੇ ਕੱਲ੍ਹ ਕੋਈ ਨੂੰ ਖਾਲੀ ਨਾ, ਕੱਲ੍ਹ ਪਰਮਾਤਮਾ ਕੜੀਆਂ ਇਹੋ ਅਰਦਾਸ ਬੇਨਤੀ ਕਰਾਂਗੇ ਜਿੱਦਾਂ ਅੱਗੇ ਕਰਦੇ ਹਾਂਗੇ ਇਸੇ ਤਰ੍ਹਾਂ ਹੀ ਅੱਗੇ ਕਰਾਂਗੇ। ਇਹ ਸਾਡੇ ਅਸੀਂ ਹੌਸਲੇ ਬੁਲੰਦ ਹੈ ਸਾਡੇ, ਇੱਕ ਮੈਚ ਖੇਡਾਂਗੇ ਹੋਰ ਹੈ ਜੀ ਅਸੀਂ, ਅਤੇ ਚਲੋ ਪਰਮਾਤਮਾ ਕਿਰਪਾ ਕਰੇ, ਚਲੋ ਵਧੀਆ ਵਾ, ਇੰਨੀਆਂ ਟੀਮਾਂ ਨੂੰ ਹਰਾ ਕੇ ਇੱਥੋਂ ਤੱਕ ਪਹੁੰਚੇ ਹਾਂ, ਮੁੰਡਿਆਂ ਦੇ ਸ਼ਾਬਾਸ਼ ਹੈ। ਹਾਂਜੀ ਮਾਤਾ ਜੀ, ਅੱਜ ਦਾ ਮੈਚ ਤੁਸੀਂ ਸਾਰਾ ਦੇਖਿਆ, ਕਿਹੋ ਜਿਹਾ ਲੱਗਾ, ਕਿਹੋ ਜਿਹੇ ਬੱਚੇ ਖੇਡੇ ਅੱਜ? ਮੈਚ ਤਾਂ ਬਹੁਤ ਵਧੀਆ ਸੀ, ਬੱਚੇ ਬਹੁਤ ਵਧੀਆ ਖੇਡੇ, ਬਾਕੀ ਚਲੋ ਮਹਾਰਾਜ ਦੀ ਮਰਜ਼ੀ ਹੈ, ਚਲੋ ਇਹ ਨਹੀਂ ਤਾਂ ਦੂਸਰੇ ਮੈਚ ਜਿੱਤਾਊਗਾ ਪਰਮਾਤਮਾ, ਹਲੇ ਇੱਕ ਮੈਚ ਹੋਰ ਹੈਗਾ। ਹਾਂਜੀ ਹਾਂਜੀ, ਬੜੀਆਂ ਅਰਦਾਸਾਂ ਕੀਤੀਆਂ ਸੀ, ਪਰ ਚਲੋ ਕੋਈ ਨਹੀਂ, ਖੈਰ ਪਤਾ ਜਿਸ ਤਰ੍ਹਾਂ ਹੁਣ ਮੁੰਡੇ ਨਾਲ ਤੁਹਾਡੀ ਗੱਲਬਾਤ ਹੋਈ ਗੁਰਜੰਤ ਨਾਲ, ਕੀ ਤੁਸੀਂ ਗੱਲਬਾਤ ਕਰੋ, ਕਿਸ ਤਰ੍ਹਾਂ ਦਾ ਜਿਹੜਾ ਹੌਸਲਾ ਵਧਾਓ ਉਹਨਾਂ ਨੂੰ, ਕਹਾਂਗੇ ਵੀ ਤਗੜੇ ਹੋ ਜਾਓ, ਕੋਈ ਨਹੀਂ ਅਜੇ ਇੱਕ ਮੈਚ ਹੈਗਾ, ਉਹ ਜਿੱਤੋ ਤੁਸੀਂ, ਪਰਮਾਤਮਾ ਤੁਹਾਡੀ ਮਦਦ ਕਰੂਗਾ। ਅਮਨਪ੍ਰੀਤ ਕੌਰ, ਕੀ ਕਹਿਣਾ ਚਾਹੋਗੇ, ਅੱਜ ਦਾ ਮੈਚ ਭਾਰਤੀ ਟੀਮ ਬਹੁਤ ਵਧੀਆ ਖੇਡੀ ਹੈ, ਕਿਹੋ ਜਿਹਾ ਲੱਗਾ, ਹਾਲਾਂਕਿ ਹਾਰ ਹੋਈ ਹੈ, ਕੀ ਕਹਿਣਾ ਚਾਹੋਗੇ? ਨਹੀਂ ਨਹੀਂ ਟੀਮ ਮਤਲਬ ਬਹੁਤ ਮਿਹਨਤ ਨਾਲ ਖੇਡੀ, ਉਹਨਾਂ ਨੇ ਆਪਣਾ ਪੂਰਾ ਜ਼ੋਰ ਲਾਇਆ ਵਾ, ਉਹਨਾਂ ਦੇ ਮਤਲਬ ਮਿਹਨਤ ਵਿੱਚ ਕੋਈ ਕਮੀ ਨਹੀਂ ਸੀ, ਬਹੁਤ ਜ਼ੋਰ ਲਾਇਆ ਵਾ ਉਹਨਾਂ ਨੇ, ਮਤਲਬ ਗੇਮ ਵਿੱਚ ਕੋਈ ਕਮੀ ਨਹੀਂ ਸੀ, ਅਤੇ ਚਲੋ ਬਟ ਉਹਨਾਂ ਦੀ ਕਿਸਮਤ ਵਿੱਚ ਚਲੋ ਨਹੀਂ ਅੱਗੇ ਮਤਲਬ ਦੂਜੇ ਮੈਡਲ ਨਹੀਂ ਸੀ ਹੈਗੇ, ਚਲੋ ਸਾਨੂੰ ਉਮੀਦ ਵਾ ਕਿ ਸਾਡੀ ਟੀਮ ਮਤਲਬ ਨਾ ਬਰੋਂਜ਼ ਮੈਡਲ ਜ਼ਰੂਰ ਲੈ ਕੇ ਆਊਗੀ, ਸਾਡੇ ਲਈ ਬਰੋਂਜ਼ ਮੈਡਲ ਵੀ ਗੋਲਡ ਮੈਡਲ ਵਰਗਾ ਹੀ ਹੋਊਗਾ, ਕਿਉਂਕਿ ਮੈਡਲ ਇੱਥੋਂ ਤੱਕ ਪਹੁੰਚਣਾ ਹੀ ਬਹੁਤ ਵੱਡੀ ਗੱਲ ਵਾ, ਮੈਡਲ ਮੈਡਲ ਹੀ ਆ, ਮਤਲਬ ਇੰਨੀਆਂ ਟੀਮਾਂ ਨੂੰ ਹਰਾ ਕੇ ਇੱਥੋਂ ਤੱਕ ਜਾਣਾ ਵੀ ਬਹੁਤ ਵੱਡੀ ਗੱਲ ਵਾ। ਸਾਨੂੰ ਤਾਂ ਵੈਸੇ ਮਤਲਬ ਕਿਤੇ ਲੱਗਾ ਨਹੀਂ ਆ ਵੀ ਕਿਤੇ ਜ਼ੋਰ ਉਹਨਾਂ ਨੇ ਮਤਲਬ ਆਪਣੀ ਪੂਰੀ ਮਿਹਨਤ ਕੀਤੀ ਆ, ਚਲੋ ਉਹ ਕਿਤੇ ਨਾ ਕਿਤੇ ਕੋਈ ਨਾ ਕੋਈ ਕਮੀ ਰਹਿ ਗਈ ਆ, ਅਤੇ ਜਿਹਦਾ ਕਰਕੇ ਉਹਨਾਂ ਨੂੰ ਮਤਲਬ ਇੱਕ ਗੋਲ ਮਿਲ ਗਿਆ ਵਾ ਵੱਧ, ਅਤੇ ਚਲੋ ਸਾਡੀ ਮਤਲਬ ਟੀਮ ਨੇ ਪੂਰੀ ਬਰਾਬਰੀ ਕੀਤੀ ਉਹਨਾਂ ਦੇ ਨਾਲ, ਉਹਨਾਂ ਤੋਂ ਜ਼ਿਆਦਾ ਜ਼ੋਰ ਲਾਇਆ ਵਾ। ਉਹਦੇ ਬਾਰੇ 'ਚ ਮਤਲਬ ਕਿ ਸਾਨੂੰ ਪੂਰੀ ਆਸ ਵਾ ਵੀ ਸਾਨੂੰ ਬਰੋਂਜ਼ ਮੈਡਲ ਮਿਲੂਗਾ, ਵੀ ਮਤਲਬ ਸਾਡੀ ਟੀਮ ਸਪੇਨ ਨੂੰ ਹਰਾਊਗੀ, ਬਰੋਂਜ਼ ਮੈਡਲ ਲੈ ਕੇ ਆਊਗੀ। ਠੀਕ।